ਤਤਰੰਤਾਰੰਦੀ ਸਬਡਿਵੀਜ਼ਨ ਪੱਟੀ ਅਧੀਨ ਪੈਂਦੇ ਪਿੰਡ ਪੰਗੂਪੁਰ ਵਿਖੇ ਬਨੇ ਮੋੜ ਵਾ ਸੇਵਾ ਕੇਂਦਰ ਦੇ ਇੰਚਾਰਜ ਡਾਕਟਰ ਜਸਪ੍ਰੀਤ ਸਿੰਘ ਵੱਲੋਂ ਵਾਤਾਵਰਣ ਸੰਭਾਲ ਲਈ ਪੰਜਾਬ ਦਾ ਪਹਿਲਾ ਹੀਲਿੰਗ ਫੋਰੈਸਟ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਸੰਬੰਧ ਵਿੱਚ ਏਡੀਸੀ ਸੰਦੀਪ ਰਿਸ਼ੀ ਨੇ ਪੌਦੇ ਲਗਾਏ ਅਤੇ ਲੋਕਾਂ ਨੂੰ ਬਿਹਤਰ ਵਾਤਾਵਰਣ ਲਈ ਵੱਤਵਾਦ ਬੂਟੇ ਲਗਾਉਣ ਲਈ ਜਾਗਰੂਕ ਕੀਤਾ ਐਸ ਡੀ ਐਮ ਨਵਰਾਜ ਸਿੰਘ ਬਰਾੜ ਸਿਵਲ ਸਰਜਨ ਡਾਕਟਰ ਅਨੂਪ ਕੁਮਾਰ ਸਮੇਤ ਕਈ ਲੋਕਾਂ ਮੌਜੂਦ ਸਨ ਇਹ ਆਪਾਂ ਹੀਲਿੰਗ ਫੋਰੈਸਟ ਤੋਂ ਭਾਵ ਵੀ ਜਿਹੜੀ ਅੱਜ ਅਸੀਂ ਹਰ ਘਰ ਚ ਹਰ ਜੀਵ ਬਿਮਾਰ ਆ ਮੰਨਿਏ ਜਾਂ ਨਾ ਮੰਨਿਏ ਈਵਨ ਸਾਡਾ ਪੌਣ ਪਾਣੀ ਸਾਡੀ ਹਵਾ ਬਿਮਾਰ ਆ ਧਰਤੀ ਬਿਮਾਰ ਆ ਪਾਣੀ ਬਿਮਾਰ ਆ ਜੇ ਇਹਨੂੰ ਠੀਕ ਕਰਨਾ ਹੈ ਦਰੁਸਤ ਕਰਨਾ ਹੈ ਤਾਂ ਉਹਦੇ ਲਈ ਸਭ ਤੋਂ ਜਿਹੜਾ ਸੌਖਾ ਕੰਮ ਹੈ ਉਹ ਇਹ ਹੈ ਕਿ ਜਿਹੜੀ ਧਰਤੀ ਨੂੰ ਗ੍ਰੀਨ ਕੀਤਾ ਜਾਵੇ ਸੋ ਉਸ ਚੀਜ਼ ਦੇ ਮੱਦੇ ਜਰ ਕਿ ਅਸੀਂ ਜਿਹੜੀ ਇਸ ਸਮੂਹ ਕਾਰਜ ਇਦਾਂ ਦਾ ਕਰੀਏ ਜਾਂ ਇਹ ਕਰਨ ਜਾ ਰਹੇ ਆ ਵੀ ਸਾ ਅਸੀਂ ਸਾਰੇ ਜੀਵ ਜੰਤੂਆਂ ਨੂੰ ਕੇਟਰ ਕਰ ਸਕਦੀ ਹੈ ਇਹ ਹੋਈਏ ਤੇ ਸੋ ਇਹ ਕੁੱਲ ਮਿਲਾ ਕੇ 5 ਏਕੜ ਦਾ ਜਿਹੜਾ ਇਹ ਯੂਨਿਟ ਹੈ ਜਿਹਨੂੰ ਅਸੀਂ ਜਿਹੜਾ ਇੱਕ ਹੀਲਿੰਗ ਫੋਰੈਸਟ ਵਿੱਚ ਕਨਵਰਟ ਕਰ ਰਹੇ ਹਾਂ ਹਰ ਤਰ੍ਹਾਂ ਦੇ ਪਲਾਂਟਸ ਇੱਥੇ ਲਗਾਏ ਜਾ ਰਹੇ ਹਨ ਮੈਡੀਸਨਲ ਫਰੂਟਸ ਦੇ ਪਲਾਂਟ ਵੱਡੇ ਪਲਾਂਟਸ ਇਹ ਪਲਾਂਟਸ ਜਿਹੜੇ ਨੇ ਇਹ ਕੁਦਰਤੀ ਵਾਟਰ ਟੇਬਲ ਨੂੰ ਠੀਕ ਕਰਦੇ ਆ ਤੇ ਮਾਹੌਲ ਨੂੰ ਠੀਕ ਕਰਦੇ ਆ ਦੂਸਰਾ ਛਾਂ ਤੇ ਹੁੰਦਾ ਹੀ ਹੁੰਦਾ ਇਸ ਤੋਂ ਇਲਾਵਾ ਪੰਛੀਆਂ ਦਾ ਅੱਛਾ ਘਰ ਬਣ ਜਾਂਦਾ ਹੈ ਅਗਰ ਪੰਛੀ ਜਿਆਦਾ ਤੋਂ ਜਿਆਦਾ ਆਉਣੇ ਸ਼ੁਰੂ ਹੋ ਜਾਂਦੇ ਆ ਪਰ ਜਿੰਨੇ ਪੰਛੀ ਆਣਗੇ ਉਹਨਾਂ ਮਾਹੌਲ ਅੱਛਾ ਹੋਏਗਾ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਿਹੜੇ ਜਿਆਦਾਤਰ ਪੇਸ਼ੈਂਟ ਆ ਰਹੇ ਆ ਉਹਨਾਂ ਦੇ ਪੋਜ਼ਿਟਿਵ ਏਨਰਜੀ ਮਿਲੇਗੀ ਉਹਨਾਂ ਨੇ ਇਸ ਜਿਹੜਾ ਸੈਂਟਰ ਹੈ ਇਹਦੇ ਵਿੱਚ ਨੇਚਰਲ ਕੰਟੂਰ ਜਿਹੜੀ ਆ ਆਪਾਂ ਦੇਖਿਆ ਕਿ ਕਿਵੇਂ ਕਿਤੇ ਟਲਾਂਣ ਥੱਲੇ ਨੂੰ ਹੈ ਕਿਤੇ ਉੱਚੀ ਹੈ ਨੇਚਰਲ ਕੰਟੂਰ ਨੂੰ ਯੂਜ਼ ਕਰਕੇ ਇਹਨਾਂ ਨੇ ਉਸ ਤਰ੍ਹਾਂ ਦੇ ਜਿਹੜੇ ਇਹਦੇ ਵਿੱਚ ਕੋਣੇ ਜਿਹੜੇ ਨੇ ਉਹ ਡਵਾਈਸ ਕੀਤੇ ਨੇ ਕਿ ਇੱਕ ਪਾਸੇ ਜਿਹੜੇ ਕਣੇ ਸ਼ਾਨਦਾਰ ਰੁੱਖ ਹੋਣਗੇ ਇੱਕ ਪਾਸੇ ਮੈਡੀਸਨਲ ਪਲਾਂਟਸ ਹੋਣਗੇ ਇੱਕ ਪਾਸੇ ਆਰਗੇਨਿਕ ਗਾਰਡਨ ਹੋਊਗਾ ਇਹਦੇ ਵਿੱਚ ਇਹਦਾ ਅਗਲਾ ਜਿਹੜਾ ਕਨਸੈਪਟ ਹੈ ਵੀ ਇੱਥੇ ਚਲੋ ਇਹ ਇਹਦੇ ਨਾਲ ਜਿਵੇਂ ਕਿਹਾ ਕਿ ਜਲਦ ਜਿਹੜਾ ਤਰਤੀਰ ਜਲ ਹੈ ਉਹਦਾ ਲੈਵਲ ਵੀ ਇੰਪਰੂਵ ਹੋਏਗਾ এনवायरमेंट ਵਧੀਆ ਹੋਏਗਾ ਇੱਥੇ ਆਉਣ ਵਾਲੇ ਜਿਹੜੇ ਪੇਸ਼ients ਨੇ ਜਿਹੜੇ ਕਿਉਂਕਿ ਇੱਥੇ ਆਉਂਦੇ ਨੇ ਟੀ ਐਡਿਕਸ਼ਨ ਦੇ ਪੇਸ਼ients ਜਿਨ੍ਹਾਂ ਨੂੰ ਡੀਡਿਕਟ ਕਰਨਾ ਜਿਨ੍ਹਾਂ ਨੂੰ ਡਾਕਟਰ ਸਾਹਿਬ ਦਵਾਈ ਦਿੰਦੇ ਆ ਦਵਾਈ ਦੇਣ ਦੇ ਨਾਲ ਨਾਲ ਜਦੋਂ ਉਹ ਵਧੀਆ এনवायरमेंट ਦੇ ਵਿੱਚ ਇੱਥੇ ਵਿਚਰਣਗੇ ਵਧੀਆ এনवायरमेंट ਦੇਖਣਗੇ ਵੀ ਇੱਥੇ ਕਿੰਨਾ ਸੋਹਣਾ ਖੂਬਸੂਰਤ ਇਹ ਜੰਗਲ ਬਣਿਆ ਤਾਂ ਉਹ ਨੇਚਰਲੀ ਉਹਨਾਂ ਦੇ ਮਨ 'ਚ ਪੋਜ਼ਿਟਿਵ ਫੀਲਿੰਗ ਹੋਰ ਆਏਗੀ